Hey there. Subscribe to my channel. And also press this bell icon. So you never miss any new updates cause whenever we upload new video. ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਤੁਹਾਡੇ ਅੱਗੇ ਬੇਨਤੀ ਆ ਵੀਰੋ ਇੱਕ ਗਾਣਾ ਲਿਖਿਆ ਵਾ ਮੇਰੇ ਵੀਰ ਨੇ ਦਿਓਲ ਦਲਜੀਤ ਨੇ ਪੱਗਾਂ ਦੇ ਬਾਰੇ ਕਿਉਂਕਿ ਪਿੱਛੇ ਜੇ ਸੁਪਰੀਮ ਕੋਰਟ ਦੇ ਜੱਜ ਨੇ ਥੋੜ੍ਹੇ ਪੱਗਾਂ 'ਤੇ ਸਵਾਲ ਕੀਤਾ ਸੀ ਕਿ ਪੱਗ ਕਿਉਂ ਬੰਨਦੇ ਜਦੋਂ ਅਸੀਂ ਮੋਟਰਸਾਈਕਲਾਂ ਵਗੈਰਾ 'ਤੇ ਜਾਂਦੇ ਹਾਂ ਹੈਲਮਟ ਕਿਉਂ ਨਹੀਂ ਪਾਉਂਦੇ ਅਤੇ ਅਸੀਂ ਯੂਪੀ ਵਾਲੇ ਹਾਂ ਸਾਡਾ ਹੁਣ ਇੱਕ ਵੀਰ ਭਰਾ ਵੀ ਸ਼ਹੀਦ ਹੋਇਆ ਕਠਾਰ ਤੋਂ ਉਦੋਂ ਕਿਸੇ ਨੇ ਕੋਈ ਨਹੀਂ ਫੈਸਲਾ ਕੀਤਾ ਕਿ ਬਾਈ ਉਹ ਬੰਦਾ ਸ਼ਹੀਦ ਹੋਇਆ ਉਹਦੀ ਅਸੀਂ ਮਦਦ ਕਰੀਏ ਜਾਂ ਰੋਜ਼ਾਨਾ ਕਿੰਨੇ ਕੁ ਸ਼ਹੀਦ ਹੁੰਦੇ ਆ ਖਬਰਾਂ 'ਤੇ ਭਾਅ ਜੀ ਅਸੀਂ ਪੜ੍ਹੀ ਦੀਆਂ ਹੀ ਹਾਂ ਅਤੇ ਉਹਨਾਂ 'ਤੇ ਕੋਈ ਸਵਾਲ ਨਹੀਂ ਉਦੋਂ ਕੋਈ ਨੇਤਾ ਗਾਂਹ ਆਉਣ ਕੇ ਹੈਲਪ ਨਹੀਂ ਕਰਦਾ ਕਿ ਬਾਈ ਤੁਸੀਂ ਬਾਈ ਪੱਗ ਬੰਨੀ ਸੀ ਤੁਹਾਨੂੰ ਅਸੀਂ ਆਹ ਦਿੰਦੇ ਹਾਂ ਸਨਮਾਨ ਦਿੰਦੇ ਹਾਂ ਇਸ ਕਰਕੇ ਮੇਰਾ ਵੀਰ ਜਿਹੜਾ ਵਾ ਸੋਨੀ ਵੀਰ ਹੁਣੇ ਇੱਕ ਗਾਣਾ ਗਾਊਗਾ ਉਹ ਅਸੀਂ ਗਾਣਾ ਵੀਰ ਇੰਨਾ ਕੁ ਸ਼ੇਅਰ ਕਰਨਾ ਵਾ ਕਿ ਅਸੀਂ ਪ੍ਰਮੋਸ਼ਨ ਕੋਈ ਨਹੀਂ ਚਾਹੁੰਦੇ ਬਸ ਇੰਨਾ ਕੁ ਸ਼ੇਅਰ ਕਰੋ ਕਿ ਜਿਹੜੇ ਜੱਜ ਵਾ ਜਿਹੜੇ ਨੇਤੇ ਆ ਨਾ ਇਹਨਾਂ ਨੂੰ ਪਤਾ ਤਾਂ ਲੱਗੇ ਪੱਗਾਂ ਦੀ ਕਦਰ ਕੀ ਆ ਕਿ ਪੁਰਾਣੀਆਂ ਗੱਲਾਂ ਸਾਰੀਆਂ ਭੁੱਲ ਗਏ ਆ ਹੋ ਵੈਰੀ ਨਾਲ ਲਾੜੇ ਕਦੇ ਹਿੰਮਤ ਨਾ ਹਾਰੀਆ ਹੱਸੇ ਹੱਸੇ ਜਾਨ ਇਹਨਾਂ ਦੇਸ਼ੀਓ ਤੋਂ ਵਾਰੀਆ ਹੋ ਵੈਰੀ ਨਾਲ ਲਾੜੇ ਕਦੇ ਹਿੰਮਤ ਨਾ ਹਾਰੀਆ ਹੱਸੇ ਹੱਸੇ ਜਾਨ ਇਹਨਾਂ ਦੇਸ਼ੀਓ ਤੋਂ ਵਾਰੀਆ ਉਹ ਮੌਤ ਨਾਲ ਸਿੱਧਾ ਮੱਥਾ ਲਾ ਲੈਂਦੇ ਨੇ ਉਹ ਤਾਂ ਹੀ ਤਾਂ ਸਲਾਮਾ ਪੂਰੀ ਦੁਨੀਆ ਕਰੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਉਹ ਬਣ ਜਾਂਦਾ ਖਤਰਾ ਹਜਦ ਚੀਨ ਤੋਂ ਉਦੋਂ ਤੁਹਾਨੂੰ ਪੱਗਾਂ ਵਾਲੇ ਯਾਦ ਆਉਂਦੇ ਆ ਉਹ ਬਣ ਜਾਂਦਾ ਖਤਰਾ ਹਜਦ ਚੀਨ ਤੋਂ ਉਦੋਂ ਤੁਹਾਨੂੰ ਪੱਗਾਂ ਵਾਲੇ ਯਾਦ ਆਉਂਦੇ ਆ ਉਹ ਲੰਘ ਜਾਂਦਾ ਸਾਲ ਪੂਰਾ ਬਰਫਾਂ ਦੇ ਵਿੱਚ ਫਿਰ ਵੀ ਨਾ ਕਦੇ ਇਹ ਖਬਰ ਆਉਂਦੇ ਆ ਉਹ ਲੰਘ ਜਾਂਦਾ ਸਾਲ ਪੂਰਾ ਬਰਫਾਂ ਦੇ ਵਿੱਚ ਫਿਰ ਵੀ ਨਾ ਕਦੇ ਇਹ ਖਬਰ ਆਉਂਦੇ ਆ ਉਹ ਕਈ ਵਾਰੀ ਖਾਰਜ ਹੋ ਜਾਂਦੀ ਆ ਛੁੱਟੀ ਮਿਲਦੀ ਨਾ ਜਾਣ ਨੂੰ ਕਰੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਉਹ ਸਾਡੇ ਗੁਰੂ ਤਾਮਾ ਨਾਲ ਤੁਸੀਂ ਕੀਤੀਆਂ ਨੇ ਮਾੜੀਆਂ ਭੁੱਲੇ ਨਹੀਂ ਉਹ ਗੱਲਾਂ ਸਾਨੂੰ ਯਾਦ ਨੇ ਉਹ ਸਾਰੀਆਂ ਉਹ ਸਾਡੇ ਗੁਰੂ ਤਾਮਾ ਨਾਲ ਤੁਸੀਂ ਕੀਤੀਆਂ ਨੇ ਮਾੜੀਆਂ ਭੁੱਲੇ ਨਹੀਂ ਉਹ ਗੱਲਾਂ ਸਾਨੂੰ ਯਾਦ ਨੇ ਉਹ ਸਾਰੀਆਂ ਉਹ 2% ਸਾਡੀ ਸਾਰੀ ਗਿਣਤੀ 2% ਸਾਡੀ ਸਾਰੀ ਗਿਣਤੀ ਉਹ ਤਾਂ ਵੀ ਸਿੱਖ ਕੌਮ ਨਾ ਕਿਸੇ ਦੇ ਕੋਲੋਂ ਵੀ ਡਰੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਉਹ ਜਿਨ੍ਹਾਂ ਦੀਆਂ ਪੱਗਾਂ 'ਤੇ ਸਵਾਲ ਕਰਦੇ ਉਹੀ ਬਾਡਰਾਂ 'ਤੇ ਹਿੱਕਾਂ ਤਾਣ ਕੇ ਖੜੇ ਮਿਹਰਬਾਨੀ ਸਾਰਿਆਂ ਨੂੰ ਵੀਰੇ ਕੋਈ ਪ੍ਰਮੋਸ਼ਨ ਨਹੀਂ ਚਾਹੁੰਦੇ ਬਸ ਆਹ ਵੀਡੀਓ ਨੂੰ ਇੰਨਾ ਤੋਂ ਇੰਨਾ ਸ਼ੇਅਰ ਕਰੋ ਕਿ ਆਹ ਜਿਹੜੇ ਆਪਣੀਆਂ ਪੱਗਾਂ 'ਤੇ ਸਵਾਲ ਕਰਦੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਪੱਗਾਂ